بسم الله الرحمن الرحيم. السلام عليكم ورحمة الله وبركاته. دوستو آج دا ساڈا موضوع لمحہ فکریہ. ایک چیز دا فکر کرنا، جس طرح کے بندے نے سویرے سفر کرنا ہوئے تو بندہ یہ کوشش کرتا کہ سویرے سویرے نہ میں نکلنا ہوئے تو ہونی تیاری کر. کیوں؟ سفرے پینا ہوئے، گڈی کھڑنی ہوئے تو بندہ شام ہونی ਉਹਦੇ ਵਿੱਚ ਤੇਲ ਪਾਉਂਦਾ ਹੈ, ਪਾਣੀ ਪਾਉਂਦਾ ਹੈ, ਗਰੀਸ ਕਰਦਾ ਹੈ, ਉਹਨੂੰ ਰੜੀ ਕਰਕੇ ਖਿਲਾਰਦਾ ਹੈ ਅਤੇ ਮੈਂ ਸਵੇਰੇ ਇਹਨੂੰ ਲੈ ਕੇ ਕੰਮ 'ਤੇ ਜਾਣਾ. ਇਸੇ ਤਰ੍ਹਾਂ ਹੀ ਇਹ ਜ਼ਿੰਦਗੀ ਮੁੱਕ ਜਾਣ ਵਾਲੀ ਅਤੇ ਸਾਨੂੰ ਫਿਕਰ ਕਰਨਾ ਚਾਹੀਦਾ. ਜਿਵੇਂ ਇੱਥੇ ਸ਼ਹਿਰ ਜਾਣਾ ਹੋਵੇ ਤਾਂ ਕਿਰਾਏ ਦੀ ਜ਼ਰੂਰਤ ਹੈ ਨਾ, ਇਵੇਂ ਕੱਲ੍ਹ ਨੂੰ ਅਸਾਂ ਜਦੋਂ ਮਰ ਕੇ ਕਬਰ 'ਚ ਜਾਣਾ ਹੈ ਅਤੇ ਉੱਥੋਂ ਦੀ ਤਿਆਰੀ ਕੀਤੀ ਹੋ, ਚੰਗਾ ਕੰਮ ਕੀਤਾ ਹੋਵੇ, ਕਿਸੇ ਦੇ ਨਾਲ ਚੰਗਾ ਸਲੂਕ ਕੀਤਾ ਹੋਵੇ, ਉਹ ਸਾਡੇ ਕੰਮ ਆਏਗਾ. ਇਹ ਜ਼ਿੰਦਗੀ ਮੁੱਕ ਜਾਣ ਵਾਲੀ ਹੈ. ਹੁਣ ਮਾਇਕ ਰਾਮ ਦੱਸਦੇ ਨੇ ਕਿ ਜ਼ਿੰਦਗੀਆਂ ਨੇ ਚਾਰ, ਇੱਕ ਜ਼ਿੰਦਗੀ ਆਲਮੇ ਰਵਾ, ਦੂਸਰੀ ਜ਼ਿੰਦਗੀ ਆਲਮੇ ਦੁਨੀਆ, ਤੀਸਰੀ ਜ਼ਿੰਦਗੀ ਆਲਮੇ ਬਰਜ਼ਖ, ਚੌਥੀ ਜ਼ਿੰਦਗੀ ਆਲਮੇ ਮਹਿਸ਼ਰ. ਤਿੰਨ ਜ਼ਿੰਦਗੀਆਂ ਜਿਹੜੀਆਂ ਨੇ ਇਹ ਆਰਜ਼ੀ ਨੇ ਅਤੇ ਚੌਥੀ ਜ਼ਿੰਦਗੀ ਜਿਹੜੀ ਉਹ ਨਾ ਮੁੱਕਣ ਵਾਲੀ. ਇਸ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਜਿਹੜੇ ਕੰਮ ਸਾਨੂੰ ਕਰਨੇ ਚਾਹੀਦੇ ਨੇ, ਖਾਸ ਖਾਸ ਉਹ ਕਿਹੜੇ ਨੇ? ਅੱਲਾਹ ਤਾਲਾ ਫਰਮਾਇਆ ਨਮਾਜ਼ ਪੜ੍ਹੋ, ਸਦਕਾ ਜ਼ਕਾਤ ਦਿਓ, ਹਜ ਕਰੋ. ਜਿਨ੍ਹਾਂ ਦੇ ਵਿੱਚ ਇਹ ਵੀ ਕੰਮ ਆਉਂਦਾ ਕਿ ਮਾਂ ਬਾਪ ਦੀ ਖਿਦਮਤ ਕਰੋ. ਮਾਂ ਬਾਪ ਦੀ ਖਿਦਮਤ ਕਰਨ ਵਾਲਾ ਬੰਦਾ ਕਿਸੇ ਜਗ੍ਹਾ 'ਤੇ ਕਿਸੇ ਕੋਨੇ 'ਤੇ ਖਤਾ ਨਹੀਂ ਖਾਂਦਾ, ਤਕਲੀਫ ਨਹੀਂ ਆਉਂਦੀ, ਉਹ ਪਰੇਸ਼ਾਨੀ ਨਹੀਂ ਆਉਂਦੀ, ਉਹ ਪਛਤਾਵਾ ਨਹੀਂ ਆਉਂਦਾ. ਇੰਝ ਦਾ ਕੰਮ ਨਹੀਂ ਕਰਨਾ ਜਿਹੜਾ ਅੱਜ ਕੱਲ੍ਹ ਚੱਲਦਾ ਪਿਆ ਕਿ ਮਾਂ ਬਾਪ ਵਡੇਰਾ ਹੋ ਜਾਏ ਅਤੇ ਬੋਟੀਆਂ ਆਪ ਖਾ ਲਓ ਅਤੇ ਛੋਰਾ ਮਾਂ ਬਾਪ ਨੂੰ ਪਾ ਦਿਓ, ਉਹਦੀ ਕਿਹੜੀ ਹੱਡੀ ਪਸਲੀ ਵਧਣੀ, ਉਹ ਬੁੱਢਾ ਹੋ ਗਿਆ. ਆਮਾ ਨੂੰ ਦੇ ਦਿਓ, ਆਪ ਛੋਰਾ ਪਾ ਦੇ, ਆਪੇ ਨੂੰ ਪਾ ਦੇ ਛੋਰਾ, ਮਾਸਾ ਲਾ ਕੇ ਰੋਟੀ ਖਾ ਲਏਗਾ. ਤਿਆੜੀਆਂ ਬੋਟੀਆਂ ਲੈਣਾ ਛੋਟੇ ਬੱਚੇ ਨੂੰ ਦੇ, ਇਹਨੇ ਵਧਣਾ ਫੁੱਲਣ ਦਿਲ ਨੇ ਹੋਣੀ. ਛੋਟੀਆਂ ਬੋਟੀਆਂ ਵਾਲੇ ਬੋਟੀਆਂ ਲੈਣਾ ਗੋਸ਼ਾ ਅਤੇ ਛੋਟੇ ਬੱਚੇ ਨੂੰ ਪਾ ਦੇ, ਇਹਦੇ ਹੁਣ ਵਧਣ ਫੁੱਲਣ ਦੇ ਦਿਨ ਨੇ ਅਤੇ ਉਹ ਤਾਂ ਬੁੱਢਾ ਹੋ ਗਿਆ, ਉਹਦਾ ਅੱਗੇ ਵਧਣਾ ਫੁੱਲਣਾ, ਉਹ ਕਿਹੜੀ ਹੱਡੀ ਪਸਲੀ ਵਧਣੀ. ਨਾਲ ਗੜਵਾ ਪਾਣੀ ਦਾ ਵੀ ਫੜਾਓ, ਥੋੜ੍ਹਾ ਸਾਲਣ ਪਾ ਕੇ ਦੇ ਆਓ ਦੂਜੇ ਕਮਰੇ 'ਚ. ਇੱਧਰ ਆਏਗਾ ਅੱਬਾ ਦੇ ਮਹਿਮਾਨ ਵੀ ਬੈਠੇ ਨੇ, ਖਾਂਸੀ ਕਰੇਗਾ, ਉਰਲੀਆਂ ਪਰਲੀਆਂ ਗੱਲਾਂ ਮਾਰਦੇ ਨੇ, ਹੁਣ ਸੱਤਰੇ ਬੰਦਰੇ ਗਏ ਨੇ. ਜਦੋਂ ਮਾਂ ਪਿਓ ਬੁੱਢਾ ਹੋ ਜਾਂਦਾ ਨਾ, ਬਚਪਨ ਦੋ ਵਾਰ ਆਉਂਦਾ ਅਤੇ ਜਵਾਨੀ ਇੱਕ ਵਾਰ ਆਉਂਦੀ ਹੈ. ਜਦੋਂ ਬੰਦਾ ਵਡੇਰਾ ਹੁੰਦਾ ਉਦੋਂ ਬਚਪਨ ਆ ਜਾਂਦਾ ਅਤੇ ਜਵਾਨੀ ਇੱਕ ਵਾਰ ਆਉਂਦੀ, ਬਚਪਨ ਦੋ ਵਾਰ ਆਉਂਦਾ. ਇਸ ਵਾਸਤੇ ਫਿਰ ਵਡੇਰੇ ਬੰਦੇ ਦਾ ਦਿਲ ਬੱਚਿਆਂ ਵਾਲਾ ਜਾਂਦਾ, ਇਹ ਆਪ ਖਾਣ ਡਿਆ ਨੇ, ਮੈਨੂੰ ਦਿੰਦੇ ਹੀ ਨਹੀਂ. ਠੀਕ ਹੈ, ਇੰਝ ਦਾ ਟਾਈਮ ਨਹੀਂ ਆਉਣ ਦੇਣਾ. ਜਿਹੜਾ ਮਾਂ ਬਾਪ ਦੇ ਦਿਲ ਵਿੱਚ ਇਹ ਗੱਲ ਹੈ ਕਿ ਫਲਾਣੀ ਚੀਜ਼ ਦੀ ਮੈਨੂੰ ਜ਼ਰੂਰਤ ਅਤੇ ਮੈਨੂੰ ਮੇਰੀ ਔਲਾਦ ਨੇ ਨਹੀਂ ਦਿੱਤੀ, ਤਾਂ ਬਾਜ਼ਾਰ ਜਾਓ, ਜਿਹੜੀ ਤੁਹਾਨੂੰ ਚੰਗੀ ਚੀਜ਼ ਲੱਗੇ, ਚੰਗਾ ਫਲ ਲੱਗੇ, ਆਪਣੇ ਮਾਂ ਬਾਪ ਵਾਸਤੇ ਲੈ ਕੇ ਆਓ. ਜਿਹੜੀ ਚੀਜ਼ ਖਾਣ ਵਾਲੀ ਚੰਗੀ ਹੋਵੇ, ਮਾਂ ਬਾਪ ਪਸੰਦ ਕਰਦਾ ਹੋਵੇ, ਉਹ ਲੈ ਕੇ ਆਓ, ਆਪਣੇ ਮਾਂ ਬਾਪ ਨੂੰ ਪਕਾ ਕੇ ਦਿਓ. ਜੇ ਫਲ ਇਹ ਖਾਣ ਵਾਲਾ ਤਾਂ ਕੱਟ ਕੇ ਦਿਓ, ਕੋਸ਼ਿਸ਼ ਕਰੋ ਆਪਣੇ ਹੱਥਾਂ ਨਾਲ ਕੱਟ ਕੇ ਖਵਾਉਣ ਦੀ. ਖਿਦਮਤ ਹੋ ਸਕਦੀ, ਖਿਦਮਤ ਕਰੋ. ਕਿ ਹਜ਼ਰਤ ਮੂਸਾ ਅਲੈਹਿਸਲਾਮ ਦੀ ਕੌਮ ਦੀ ਗੱਲ ਹੈ, ਪਿਆਰੇ ਕਲੀਮ ਨੇ ਆਪਣੇ ਅੱਲਾਹ ਦੀ ਬਾਰਗਾਹ ਦੇ ਵਿੱਚ ਜਦੋਂ ਜਾਂਦੇ ਸਨ ਨਾ ਕਤੂਰ ਪਹਾੜ 'ਤੇ, ਕਤੂਰ ਪਹਾੜ 'ਤੇ ਗਏ ਅਤੇ ਅੱਲਾਹ ਦੀ ਜ਼ਾਤ ਪਾਕ ਨਾਲ ਹਮ ਕਲਾਮ ਹੋਏ ਅਤੇ ਪੁੱਛਿਆ, ਮੇਰੇ ਮਾਲਕ, ਕੋਈ ਐਸਾ ਬੰਦਾ ਹੈ ਜਿਹੜਾ ਜੰਨਤ 'ਚ ਮੇਰਾ ਪੜੋਸੀ ਹੋਏਗਾ? ਅੱਲਾਹ ਦੀ ਜ਼ਾਤ ਪਾਕ ਦੇ
ज़्यादातर लोग आवाज़ आई ऐ मेरे प्यारे मूसा मेरे प्यारे कलीम मेरे प्यारे पैगंबर हाँ है। अगर मूसा सलाम कहते हैं मैं अर्ज करते हैं मौला मैं उस बंदे को भी देखना चाहना। अल्लाह ताला ने फरमाया फलाने शहर फलाना कसाई जाके वेखे चंगी बोटियां रख लिया पा गदूदा तोल के दिता माजरा लम्मा गल लम्मी होगी साड़ी वीडियो सिर्फ 5 मिनट की वीडियो बनानी है। लिहाजा उन्हें माँ बाप की खिदमत की उस बंदे ने अल्लाह की बारगाह इन्ना पसंद के अल्लाह ताला फरमाया मेरे प्यारे कलीम तेरा पड़ोसी होएगा वो बंदा उन्हें किया कि माँ बाप की खिदमत करता है गल मुखसर करने नबी पाक सल्लल्लाहु अलैहि वसल्लम दे उम्मती हजरत अवैस करने जारी हालत च जारी जिंदगी नबी पाक सल्लल्लाहु अलैहि वसल्लम की ज़ियारत नहीं है अल्लाह पाक दे इन्ना करीब है कि जेड़ी दुआ हजरत अवैस कर रही अल्लाह की जात का पाक के हाथ करके मंगते सन हाथ चेहरे ते नहीं सन आते तो अल्लाह ताला पहले पूरा कर देंगे उन्होंने की किया उन्होंने अपने माँ बाप की खिदमत की असी तुसी अपने माँ बाप की खिदमत करांगे ये सानू भी अल्लाह ताला जरूर मकाम देंगे यह काम नहीं करना कि अम्मा की मंजी दूजी अंदर डा दी अम्मा खांसी कर दी है बच्चे परेशान होंगे रात को सौंदे नहीं बेगम आँदी उधर अम्मी सुवाओ उत रोटी दे दिया करो नहीं नहीं इंज नहीं करना माँ बाप को कंड नहीं करने जिन्ना माँ बाप के पैर कुटिया के पैर चुमया मज़ा आंदा ना उन्ना किसी जगह पर सुकून नहीं जन्ना मिलता तेनी तो जगह ने दुनिया मक्का तो मदीना तो या माँ बाप क्यों जी माँ बाप की खिदमत करो माँ बाप का चेहरा देखिया अल्लाह ताला हज का सवाब देता है माँ बाप की खिदमत करया करो माँ बाप की ताबेदारी करया करो एहतराम ना कवाया करो इंज ना कवाओ इन्हां लफ्ज़ां नाल नहीं बोलना कि जिन्हां लफ्ज़ां नाल माँ बाप नूं तकलीफ आए असी तां वास्ते इहो जी वीडियो बनाने आ कि सारे दोस्त जिस तरह अगे लाइक शेयर कर दे इवें लाइक शेयर करो सारे दोस्तों बजुर्गों तक पहुँचे जोड़े अजक मुंडे ने साढ़े जोड़े बरूने मुल्क रेंदे ने माँ बाप को फोन करना गुआरा नहीं करते अपन दोस्तों अपन बेगमों फोन करते हैं भावें तीन तीन घंटे करते रहन पांच घंटे करते रहन जो माँ बाप की वारी होती चलो फिर कर लो फिर मैं काम से जाना है अम्मी भी दो मिनट फोन कर लवे फिर मैं काम से जाना मेरा टाइम हो माँ वारी 3 मिनट बेगम वारी तो दोस्त वारी दो घंटे नहीं इंज नहीं करना 2 घंटे माँ को दो 2 घंटे टाइम फोन पर माँ को दो माँ का भी दिल करता मैं अपने बच्चों गल करा दिल करता कभी माँ को पूछे माँ बाप की खिदमत वाजा करया करो माँ बाप का अदब एहतराम करया करो माँ बाप की ताबेदारी करया करो इत्थे की कबरे च भी हशरे च भी तुहानू माँ की खिदमत कम आएगी बंदा अपनी माँ बाप की खिदमत एक बंदा करता है पूरे खानदान का नाम रोशन होता है ये खानदान बड़ा चंगा है अपने माँ बाप की खिदमत करता है ये वड्डे भी बड़े चंगे सन यार ये शुरू तो खानदान ही चंगा है एक बंदा बेअदबी करता पूरे खानदान का बेड़ा गर्क हो जाता है आंदे ने बंदा ये खबीस है ये माँ बाप भी अंजी करते हैं ता करता है इस वास्ते दोस्तों लम्हा फिक्र ही है सानू फिक्र करना चाहिए वो नाल वक्त का गुजरन वाला वक्त वो जरा गुजर गया है सदा सदा नहीं बैठे रहना ठीक है इस तरह के मियां मोहम्मद बख्श आरवे खड़ी फरमाया कि डीगर ते दिन गया मोहम्मद औड़क लो डुब जाना उन्हें कहा दुश्मन मरे तो खुशी ना करिए सजना भी मर जाना तो डीगर ते दिन गया मोहम्मद औड़क लो डुब जाना तो एक थां लिखते हैं कि काले वाल मुसाफर होए चिट्टियां डेरे लाए बस कर मियाँ मोहम्मद बख्शा मौत सनेड़े आए तो हुण सानू इंज दियां चीज़ां तो बचना चाहीदा वे जिहदे तो साडा नुकसान होवे बचना तो शुरू तो चाहीदा ते अल्लाह के दुआ करने आ कि अल्लाह ताला सानू सारिआं नू माँ बाप का अदब करन दी तौफीक देवे अल्लाह ताला के दुआ करने जिन्हों का वालदैन फौत हो गया अल्लाह ताला उन्होंने जन्नत उल फरदोस वाला आला मुकाम ता फरमाए अल्लाह जन्नत ता फरमाए जन्नत दी नेमत ता फरमाए
जिन्हां दे माँ बाप हयात ने अल्लाह ताला उन्हां नूं माँ बाप की खिदमत करन दी तौफीक अता फरमाए, माँ बाप का एहतराम करन दा, माँ बाप दे नाल टाइम गुजारन दा कोशिश करिया करो कि ज़्यादा टाइम तुसीं अपने माँ बाप नाल गुजारिया करो, शाम नूं कुछ देर माँ बाप कोल बिहा करो कि तुहानूं माँ बाप दे कोल जिहड़ा टाइम गुजरिया है वह ज़ाया नहीं जाएगा, दोस्तों का जिहड़ा टाइम गुजरिया ज़ाया जा सकता है। अस्सलामु अलैकुम।